ਇੱਥੇ ਕੁਛ ਅਕਾਲੀ ਵਾਲੇ ਵੀ ਆਏ ਹੋਣੇ, ਕਾਂਗਰਸੀ ਵੀ ਬੈਠੇ ਹੋਣੇ, ਚਲੋ ਕੋਈ ਨੀ ਸਾਡੇ ਭਰਾ ਹੀ ਨੇ, ਉਹਨਾਂ ਨੂੰ ਕਹਿ ਦਿੰਦਾ ਮੈਂ, ਦੱਸ ਦਿਓ ਉਹਨਾਂ ਨੂੰ ਹੁਣ ਇਹ ਪਹਿਲੀ ਵਾਰ ਹੋ ਰਿਹਾ 20 ਦਿਨਾਂ ਚ ਪੈਸੇ ਪੈਣੇ ਸ਼ੁਰੂ ਹੋ ਗਏ ਕਿਉਂਕਿ ਅੱਜ ਤੋਂ ਚੱਲ ਪਿਆ ਕੰਮ, ਕੱਲੇ ਅੱਜ ਦੇ ਦਿਨ ਚ 40 ਕਰੋੜ ਰੁਪਇਆ ਖਾਤੇ ਚ ਪੈ ਗਿਆ ਅੱਜ ਦੇ ਦਿਨ ਚ, ਏਦਾਂ ਹੀ ਕੱਲ ਨੂੰ ਪਊਗਾ, ਏਦਾਂ ਹੀ ਪਰਸੋਂ ਨੂੰ, ਇਹ ਹੁਣ ਚੱਲਦਾ ਰਹੂਗਾ। ਕੱਲੇ ਅਬੋਹਰ ਦੇ ਵਿੱਚ ਫਾਜ਼ਿਲਕਾ 146 ਪਿੰਡ, ਜਲਾਲਾਬਾਦ 134 ਪਿੰਡ, ਅਬੋਹਰ ਦੇ 82 ਪਿੰਡ, ਕੁੱਲ 362 ਪਿੰਡਾਂ ਦੀ ਜਿਹੜੀ ਖਰਾਬੇ ਵਾਲੀ ਫਸਲ ਹੈ ਉਹਦਾ ਟੋਟਲ ਯਾਨੀ ਕਿ 12,94,80,000 ਬਣਦਾ ਸੀ, ਉਹਦੇ 'ਚੋਂ ਅਸੀਂ 6 ਕਰੋੜ ਰੁਪਈਆ ਅੱਜ ਤੱਕ ਜਾਰੀ ਕਰਤਾ। ਇਹਨੂੰ ਕਹਿੰਦੇ ਆ ਕੰਮ, ਇਹਨੂੰ ਕਹਿੰਦੇ ਆ ਜੇ ਨੀਤ ਸਾਫ਼ ਹੋਵੇ ਸਾਰਾ ਕੁਛ ਹੋ ਜਾਂਦਾ। ਕਾਂਗਰਸੀ ਅਕਾਲੀਆਂ ਵੇਲੇ ਉਹ MLA ਮੰਤਰੀ ਵੀ ਭੁੱਲ ਜਾਂਦੇ ਸੀ ਇਹ ਕਿਹੜੀ ਫਸਲ ਦਾ ਦਿੰਦੇ ਆ, 4-4 ਸਾਲ ਹੋ ਜਾਂਦੇ ਸੀ, ਜਿਹਨੂੰ ਮੁਆਵਜ਼ਾ ਦੇਣਾ ਸੀ ਉਹ ਵੀ ਭੁੱਲ ਜਾਂਦਾ ਸੀ ਇਹ ਕਿਹੜੀ ਫਸਲ ਦਾ ਦੇ ਰਹੇ ਨੇ, ਤੇ ਚੈੱਕ ਵੀ ਬਹੁਤ ਵੱਡੇ ਵੱਡੇ ਦਿੱਤੇ ਉਹਨਾਂ ਨੇ, 52 ਰੁਪਈਆਂ ਦਾ ਚੈੱਕ, ਕਿਸੇ ਨੂੰ 111 ਰੁਪਈਆਂ ਦਾ ਚੈੱਕ। ਲੋਕ ਕਹਿੰਦੇ ਛੱਡੋ ਪਰੇ, ਇਦੂ ਬਾਅਦ ਤਾਂ ਸ਼ਹਿਰ ਜਾਣ ਨੂੰ ਲੱਗ ਜਾਣਗੇ ਬੈਂਕ 'ਚ, ਐ ਮਜ਼ਾਕ ਹੁੰਦੇ ਰਹੇ ਨੇ, ਜ਼ਖਮਾਂ ਤੇ ਲੂਣ ਪੁੱਕਦੇ ਰਹੇ ਨੇ, ਤੇ ਮੱਲਮ ਜੇ ਲਾਉਣੀ ਹੈ ਜ਼ਖਮਾਂ ਤੇ ਉਦੋਂ ਲਾਓ ਜਦੋਂ ਜ਼ਖਮ ਅੱਲਾ, ਹਜੇ ਫਸਲਾਂ ਉਹ ਖੇਤਾਂ 'ਚ ਪਈਆਂ ਨੇ, ਧੁੱਪ ਲੱਗੂਗੀ ਫਿਰ ਦੇਖਦੇ ਹਾਂ ਕਿੰਨੀ ਕੁ ਨਿਕਲਦੀ ਹੈ, ਉਸ ਹਿਸਾਬ ਨਾਲ ਦੇਖਾਂਗੇ। ਫਸਲਾਂ ਖੇਤਾਂ 'ਚ ਔਰ ਪੈਸੇ ਤੁਹਾਡੇ ਖਾਤੇ 'ਚ, ਆਹ ਫਰਕ ਹੈ।